ਅਜੀ ਬਹੁਤ ਗਰੀਬ ਘਟਨਾ ਤਰਨਦੀਪ ਪੰਜਾਬੀ ਰਵੀ ਭੂਸ਼ਣ ਦੇ ਵੱਲੋਂ ਕੀਤੀ। ਪੰਜਾਬ ਦੇ ਵਿੱਚ ਤਾਂ ਆਪਾਂ ਦੇਖਦੇ ਹੁੰਦੇ ਹਾਂ ਬਈ ਵਿਆਹ ਕਰਾਉਣ ਲੱਗਿਆ ਜੀ ਕੁੜੀ ਪਹੁੰਚ ਗਈ, ਮੁੰਡੇ ਨੂੰ ਕੁੱਟਿਆ, ਮੁੰਡਾ ਫੜ ਲਿਆ ਜੀ, ਪਿੰਡ ਵਾਲਿਆਂ ਨੇ ਫੜ ਲਿਆ, ਜਾਂ ਤੀਜਾ ਚੌਥਾ ਵਿਆਹ ਕਰਾਉਣ ਲੱਗੇ ਸੀ। ਇਹ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ ਕਹਿੰਦੇ ਚੱਕੀ ਹੋਈ। ਜਸਪ੍ਰੀਤ ਜੀ ਅੱਜ ਜਿਹੜੀ ਆਪਾਂ ਇਹ ਖਬਰ ਸਾਂਝੀ ਕੀਤੀ ਹੈ, ਅੱਜ ਕੱਲ੍ਹ ਕਿਉਂਕਿ ਹੁਣ ਉਹ ਹੋ ਗਿਆ ਨਾ ਵੀ ਥੱਲੇ ਇਮੋਜੀ ਆਉਣ ਲੱਗ ਗਈਆਂ, ਅੱਜ ਹਾਸੇ ਵਾਲੀ ਅਤੇ ਬਾਹੂ ਵਾਲੀ ਜਿਹੜੀ ਇਮੋਜੀ ਆ ਉਹ ਆਪਣੇ ਜਿਹੜੀ ਪੂਰੀ ਮਤਲਬ ਕਹਿ ਦਈਏ ਵੀ ਵੱਡੇ ਪੱਧਰ 'ਤੇ ਚੱਲ ਰਹੀ ਹੈ ਇਸ ਖਬਰ ਦੇ ਥੱਲੇ। ਮੈਂ ਚੈੱਕ ਕਰ ਰਿਹਾ ਸੀ ਅਤੇ ਥੱਲੇ ਟਿੱਚਰਾਂ ਮਸ਼ਕਰੀਆਂ ਵੀ ਵੱਡੇ ਪੱਧਰ 'ਤੇ ਚੱਲ ਰਹੀਆਂ, ਲੋਕ ਫਲਾ ਇੱਕ ਦੂਜੇ ਨੂੰ ਵੀ ਟਿੱਚਰਾਂ ਕਰ ਰਹੇ ਆ ਵੀ ਇਹ ਬਾਈ ਤੋਂ ਕੋਈ ਕੋਰਸ ਕਰ ਲਗੇ, ਇਹ ਤੋਂ ਕੋਈ ਰਾਏ ਲੈ ਲਗੇ, ਇਹ ਤੋਂ ਐਂ ਕਰ ਲਏ, ਹੈਂ ਇਸ ਟਾਈਪ ਚੱਲ ਰਿਹਾ। ਹੁਣ ਰਵੀ ਭੂਸ਼ਣ ਕੀ ਹੈ ਜਸਪ੍ਰੀਤ ਜੀ, 2012 ਦੇ ਵਿੱਚ ਨਿਊਜ਼ੀਲੈਂਡ ਆਉਂਦਾ, 15 ਦੇ ਵਿੱਚ ਇਹ 14 ਦੇ 12 'ਚ ਆਉਂਦਾ, 15 'ਚ ਪੱਕਾ ਹੋ ਜਾਂਦਾ। ਪੱਕਾ ਹੋਣ ਤੋਂ ਪਹਿਲਾਂ 14 'ਚ ਇੱਕ ਵਿਆਹ ਬਾਈ ਜੀ ਹੁਰੀ ਕਰਾ ਲੈਂਦੇ ਆ। 16 ਦੇ ਵਿੱਚ ਜਸਪ੍ਰੀਤ ਜੀ ਫਿਰ ਇੱਕ ਅਖਬਾਰ ਦੇ ਵਿੱਚ, ਆਪਣਾ ਪੰਜਾਬੀ ਅਖਬਾਰ ਹੀ ਆ, ਉਹਦੇ ਵਿੱਚ ਇਹ ਐਡਵਰਟਾਈਜ਼ਮੈਂਟ ਦਿੰਦੇ ਨੇ, ਉਹ ਅਖਬਾਰ ਦੇ ਇੱਕ 16 'ਚ ਵਿਆਹ ਚੱਕ ਦਿੰਦੇ ਆ ਇਹ। ਉਹ ਤੋਂ ਬਾਅਦ ਹੈ ਕਿ ਇੱਕ ਬੀਬੀ ਟਰੰਗੇ ਰੱਖੀ ਹੁੰਦੀ ਹੈ, ਇੱਕ ਹਮਿਲ ਜਾਣੀ ਕਿ ਕਹਿੰਦੇ ਹੁੰਦੇ ਨੇ ਕਿ ਹੈਮਿਲਟਨ ਜਸਪ੍ਰੀਤ ਜੀ ਹੋ ਜਾਂਦਾ, ਕਿਉਂਕਿ ਇੱਕ ਤਾਂ ਇੱਥੇ ਹੀ ਕਰਾਇਆ ਹੁੰਦਾ, ਉਹ ਉਸ ਤਰੀਕੇ ਨਾਲ ਕਾਗਜ਼ਾਂ 'ਚ ਉਹ ਨਹੀਂ ਕੀਤਾ ਅਤੇ ਉਹ ਬੀਜਾ ਬੂਜਾ ਲਵਾ ਕੇ ਦੂਜਾ ਜਿਹੜਾ ਇੰਡੀਆ ਵਾਲਾ ਇੱਥੇ ਬੀਬੀ ਨੂੰ ਲੈ ਆਉਂਦੇ ਆ। ਅੱਛਾ, ਸਾਲ ਕੁ ਤਾਂ ਇਹ ਬੀਬੀਆਂ ਨੂੰ ਬੁੱਧੂ ਬਣਾਉਂਦੇ ਆ। 2017 ਦੇ ਵਿੱਚ ਉਹ ਦੋਨਾਂ ਬੀਬੀਆਂ ਨੂੰ ਪਤਾ ਲੱਗ ਜਾਂਦਾ ਵੀ ਇਹ ਦਾਲ ਦੇ ਵਿੱਚ ਕੁਛ ਕਾਲਾ ਗਾ। ਦਾਲ ਦੇ ਵਿੱਚ ਜਦੋਂ ਕਾਲੇ ਵਾਲਾ ਪਤਾ ਲੱਗਦਾ ਤਾਂ ਜਸਪ੍ਰੀਤ ਜੀ ਜਦੋਂ ਫਿਰ ਇੱਕ ਦੂਜੇ ਨੂੰ ਉਹ ਪੁੱਛਦੀ ਆ ਵੀ ਇੱਦਾਂ ਕਰਕੇ, ਉਸ ਮੌਕੇ ਇੱਕ ਇਹਦੀ ਵਾਈਫ ਜਿਹੜੀ, ਹੁਣ ਮੈਨੂੰ ਮੈਂ ਕਿਉਂਕਿ ਮੈਂ ਵੀ ਸਟੋਰੀ ਪੜ੍ਹਦਾ ਪੜ੍ਹਦਾ ਕਨਫਿਊਜ਼ ਹੋ ਗਿਆ ਵੀ 2014 ਵਾਲੀ ਬੀਬੀ ਜਾਂ 2016 ਵਾਲੀ, ਤਾਂ ਉਹ ਫਿਰ ਇਹਦੀ ਜਸਪ੍ਰੀਤ ਜੀ ਇਹਦੇ ਨਾਲ ਹੱਥੋਂ ਪਾਈ ਵੀ ਹੁੰਦੀ ਹੈ ਅਤੇ ਇਹ ਉਸ ਕੁੱਟਮਾਰ ਵੀ ਕਰਦਾ, ਉਸ ਮੌਕੇ ਉਹ ਪ੍ਰੈਗਨੈਂਟ ਹੁੰਦੀ ਆ। ਉਹ ਤੋਂ ਬਾਅਦ ਜਸਪ੍ਰੀਤ ਜੀ ਜਿਹੜਾ ਕਹਿੰਦੇ ਹੁੰਦੇ ਨੇ ਕਿ ਫਿਰ ਇਹ ਮਾਮਲਾ ਜਿਹੜਾ ਹੈ ਕੋਰਟ ਦੇ ਸੰਗਿਆਨ ਦੇ ਵਿੱਚ ਆ ਗਿਆ, ਜਾਣੀ ਕੋਰਟ ਦੇ ਧਿਆਨ ਦੇ ਵਿੱਚ ਆ ਗਿਆ, ਹੈ ਨਾ। ਅਤੇ ਅੱਜ ਦੇਖੋ ਗੱਲ ਇਹ ਹੈ ਕਿ ਵੈਸੇ ਜਸਪ੍ਰੀਤ ਜੀ ਹੈ ਕਿ ਜੇ ਬੀਬੀਆਂ ਵਾਲੇ ਐਂਗਲ ਤੋਂ ਦੇਖੀਏ ਤਾਂ ਇਹ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਤੀ, ਲੋਕਾਂ ਲਈ ਹਾਸਾ ਹੋਇਆ ਕਹਿੰਦੇ ਹੁੰਦੇ ਨੇ ਵੀ, ਪਰ ਉਹਨਾਂ ਦਾ ਜਿਹੜਾ ਜ਼ਿੰਦਗੀ ਖਰਾਬ ਹੋਈ ਹੈ ਉਹਦੇ ਨਾਲ ਆਪਣੀ ਪੂਰੀ ਸਿੰਪਤੀ ਆ। ਅਤੇ ਇਹ ਫਿਰ ਜਦੋਂ 2017 'ਚ ਹੋਇਆ ਜਸਪ੍ਰੀਤ ਜੀ, ਫਿਰ ਉਹ ਕੇਸ ਦੋਨੇ ਆਪਣੇ ਪੱਧਰ ਦੇ ਉੱਤੇ ਜਿਹੜੀ ਪੁਲਿਸ ਕੰਪਲੇਂਟ ਜਿਹੜੀ ਹੁੰਦੀ ਹੈ, ਪੁਲਿਸ ਕੰਪਲੇਂਟ ਦੇ ਵਿੱਚ ਜਸਪ੍ਰੀਤ ਜੀ ਫਿਰ ਸਾਰ ਚੱਲ ਪੈਂਦਾ ਕਿ ਨਿਊਜ਼ੀਲੈਂਡ ਦੇ ਕਾਨੂੰਨ ਦੇ ਵਿੱਚ ਇੱਕ ਸਮੇਂ ਤੁਸੀਂ ਦੋ ਨਹੀਂ ਵਿਆਹ ਕਰਾ ਸਕਦੇ, ਇਹ ਕਿਤੇ ਵੀ ਨਹੀਂ ਕਰਾ ਸਕਦੇ। ਇਹ ਕੁਛ ਮੁਸਲਿਮ ਮੁਲਕਾਂ ਦੇ ਵਿੱਚ ਹੈਗਾ, ਇੰਡੀਆ ਦੇ ਵਿੱਚ ਵੀ ਹੁਣ ਟ੍ਰਿਪਲ ਤਲਾਕ ਵਾਲਾ, ਹੋਰ ਤਮਾਮ ਚੀਜ਼ਾਂ, ਯੂਨੀ ਸਿਵਲ ਕੋਡ ਜਿਹੜਾ ਹੈਗਾ ਕਿੱਦਾਂ, ਕਾਫੀ ਕੁਛ ਉੱਥੇ ਵੀ ਚੱਲ ਰਿਹਾ, ਖਾਸ ਉੱਤੇ ਮੁਸਲਮਾਨ ਭਾਈਚਾਰੇ ਨੂੰ ਉਹ ਕਰਨ ਦੇ ਲਈ, ਕਿਉਂਕਿ ਮੁਸਲਮਾਨ ਚਾਰ ਵਿਆਹ ਦੀ ਜੀ ਹਾਂ। ਸੋ ਜਿਹੜਾ ਹੈਗਾ ਕਿ ਉਹ ਚਲੋ ਇੱਕ ਵੱਖਰਾ ਨੁਕਤਾ, ਪਰ ਇੱਥੇ ਨਿਊਜ਼ੀਲੈਂਡ ਦੇ ਲੋਅ ਮੁਤਾਬਕ ਤੁਸੀਂ ਵਿਆਹ ਨਹੀਂ ਕਰਾ ਸਕਦੇ ਦੋ, ਪਰ ਇਸ ਬਾਈ ਨੇ ਦੋ ਵਿਆਹ ਕਰਾਏ ਅਤੇ ਇਹਨੂੰ ਪਤਾ ਨਹੀਂ ਸੀ ਜਸਪ੍ਰੀਤ ਜੀ ਮੈਂ ਇਸ ਮੁਲਕ ਦੇ ਵਿੱਚ ਰਹਿ ਰਿਹਾਗਾ। ਅਤੇ ਉਹ ਤੋਂ ਬਾਅਦ ਕੀ ਹੋਇਆ, ਅਤੇ ਫਿਰ ਇਹ ਜਿਹੜਾ ਹੁਣ ਕੋਰਟ ਨੇ ਇਹਨੂੰ 25 ਮਹੀਨਿਆਂ ਦੀ ਸਜ਼ਾ ਸੁਣਾਈ ਹੈ, 8 ਮਹੀਨੇ ਪਹਿਲਾਂ ਆਲਰੇਡੀ ਜੇਲ੍ਹ ਦੇ ਵਿੱਚ ਭੁਗਤ ਚੁੱਕਾ ਗਾ ਅਤੇ ਹੁਣ ਇਹਨੂੰ ਪਰੋਲ ਤਾਂ ਵੈਸੇ ਮਿਲ ਜਾਣੀ ਹੈ ਕਿਉਂਕਿ ਉਹ ਜਿਹੜੀ ਟਰਮ ਐਂਡ ਕੰਡੀਸ਼ਨ ਇਹਨੇ ਪੂਰੀ ਕਰ ਲਈ ਹੈ, ਪਰ ਇਹਨੇ ਤੋਏ ਤੋਏ ਜਿਹੜੇ ਹੈਗੇ ਆ ਕਿ ਸਾਰੇ ਕਰਾਤੀ, ਕੋਈ ਇਹਨੂੰ ਜਾਣੀ ਕਿ ਜਸਪ੍ਰੀਤ ਜੀ ਮਤਲਬ ਬਾਦਸ਼ਾਹ ਅਕਬਰ ਕਹਿ ਰਿਹਾ, ਕੋਈ ਇਹਨੂੰ ਮਤਲਬ ਮਹਾਰਾਜਾ ਰਣਜੀਤ ਸਿੰਘ ਕਹਿ ਰਿਹਾ, ਮਤਲਬ ਅੱਡੋ ਅੱਡ ਲੋਕ ਵੀ ਆਪਣੇ ਆਪਣੇ ਤੌਰ ਦੇ ਉੱਤੇ ਇਹਨੂੰ ਜਾਣੀ ਕਿ ਟਿੱਚਰਾਂ ਮਸ਼ਕਰੀਆਂ ਜਿਹੜੀਆਂ ਕਰ ਰਹੇ ਆ ਵਿਆਹਾਂ ਦੇ ਸੰਦਰਭ ਦੇ ਵਿੱਚ, ਪਰ ਇਹ ਆ ਵੀ ਜਸਪ੍ਰੀਤ ਜੀ ਇਹਨੇ ਇੱਥੇ ਜਿਹੜੀ ਇਮੇਜ ਆ ਇਹ ਭਾਈਚਾਰੇ ਦੀ ਇਮੇਜ ਖਰਾਬ ਕੀਤੀ ਇਸ ਬੰਦੇ ਨੇ।